ਰਹਿਣ ਦੇਸੀ ਰਸੋਈ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਲੱਗੇ ਹਾਂ ਬੀਨਸ ਤੇ ਆਪਣਾ ਗਾਜਰ ਸਬਜ਼ੀ ਬਣਾ ਤੇ ਤੁਸੀਂ ਸਾਡਾ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਪਣਾ ਬੈਲ ਆਈਕਨ ਦਬਾਓ ਤਾਂ ਜਿਹੜੀਆਂ ਸਾਡੀਆਂ ਰੈਸਪੀ ਦੀ ਵੀਡੀਓਜ਼ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਹੈ ਅਤੇ ਆਓ ਦੇਖੋ ਅਸੀਂ ਸਬਜ਼ੀ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਬੀਨਸ ਅਤੇ ਆਪਣਾ ਗਾਜਰ ਸਬਜ਼ੀ ਬਣਾਉਣ ਦੇ ਲਈ ਅਸੀਂ ਕੜਾਹੀ ਵਿੱਚ ਤੇਲ ਜਿਹੜਾ ਗਰਮ ਕਰ ਲਿਆ ਅਤੇ ਇਹਦੇ ਵਿੱਚ ਜੀਰਾ ਪਾਵਾਂਗੇ ਜੀਰਾ ਲਾਲ ਹੋਣ 'ਤੇ ਇਹਦੇ ਵਿੱਚ ਅਸੀਂ ਇੱਕ ਪਿਆਜ਼ ਜਿਹੜਾ ਵੱਡਾ ਕੱਟਿਆ ਸੀਗਾ ਬਰੀਕ ਇਸੇ ਤਰ੍ਹਾਂ ਅਤੇ ਇਹਨੂੰ ਅਸੀਂ ਪਾ ਦਿੰਦੇ ਜਿਹਦੇ 'ਚ ਸਾਡਾ ਪਿਆਜ਼ ਜਿਹੜਾ ਲਾਲ ਹੋਏਗਾ ਅਤੇ ਅਸੀਂ ਇੱਧਰ ਫਰਾਈ ਪੈਨ ਦੇ ਵਿੱਚ ਤੇਲ ਹੋਰ ਗਰਮ ਕੀਤਾ ਅਤੇ ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਜੀਰਾ ਪਾ ਕੇ ਅੱਧਾ ਚਮਚ ਅਸੀਂ ਜੀਰਾ ਪਾ ਤਾ ਅਤੇ ਇਹ ਲਾਲ ਹੁੰਦਾ ਅਤੇ ਇਹਦੇ ਵਿੱਚ ਅਸੀਂ ਜਿਹੜੀ ਆਪਣਾ ਬੀਨਸ ਅਤੇ ਗਾਜਰ ਨੇ ਨਾ ਉਹਨਾਂ ਨੂੰ ਇਹਦੇ ਵਿੱਚ ਕੁੱਕ ਕਰਾਂਗੇ ਜਿਵੇਂ ਜੇ ਸਾਡਾ ਮਸਾਲਾ ਤਿਆਰ ਹੋਏਗਾ ਉਹਨੇ 'ਚ ਜਿਹੜੀ ਬੀਨਸ ਗਾਜਰ ਨੇ ਉਹ ਕੁੱਕ ਹੋ ਜਾਣਗੀਆਂ ਅਤੇ ਸਬਜ਼ੀ ਵੀ ਜਲਦੀ ਤਿਆਰ ਹੋ ਜਾਏਗੀ ਇਹਨੂੰ ਅਸੀਂ ਇਹਦੇ 'ਚ ਪਾ ਲਾਂਗੇ ਅੱਧਾ ਚਮਚ ਜਿਹੜਾ ਨਮਕ ਪਾ ਦਾਂਗੇ ਪਿਆਜ਼ ਜਿਹੜਾ ਉਹ ਸਾਡਾ ਰੇਡੀ ਹੋ ਰਿਹਾ ਅਤੇ ਇਹਨੂੰ ਅਸੀਂ ਇਹਦੇ ਵਿੱਚ ਹੁਣ ਲਸਣ ਅਤੇ ਅਦਰਕ ਦੀ ਪੇਸਟ ਪਾਵਾਂ ਜਿਵੇਂ ਜਿਵੇਂ ਸਾਡਾ ਪਿਆਜ਼ ਤਿਆਰ ਹੋ ਰਿਹਾ ਅਸੀਂ ਤਿੰਨ ਟਮਾਟਰ ਅਤੇ ਤਿੰਨ ਮਿਰਚਾਂ ਹਰੀਆਂ ਲੈ ਕੇ ਉਹਨਾਂ ਨੂੰ ਗ੍ਰਾਇੰਡ ਕਰ ਲਿਆ ਅਤੇ ਇੱਧਰ ਅਸੀਂ ਆਪਣਾ 2 ਟੇਬਲ ਸਪੂਨ ਜਿਹੜੇ ਨੇ ਆਪਣਾ ਕੋਕੋਨਟ ਬੁਰਾਦਾ ਲਿਆ ਠੀਕ ਹੈ ਜੇ ਮਤਲਬ ਕੱਚਾ ਨਾਰੀਅਲ ਹੋਵੇ ਤਾਂ ਉਹਨੂੰ ਆਪਣਾ ਟਮਾਟਰ ਦੀ ਪੇਸਟ ਬਣਾਉਣ ਲੱਗਿਆਂ ਨਾਲ ਹੀ ਗ੍ਰਾਇੰਡ ਕਰ ਲਓ ਹਲਦੀ ਹਰੀ ਮਿਰਚ ਅਸੀਂ ਪਾਈਏ ਨਾਲੇ ਜਿਹੜੀ ਮਿਰਚ ਉਹ ਆਪਣੇ ਟੇਸਟ ਦੇ ਮੁਤਾਬਕ ਹੀ ਆਪਾਂ ਪਾਣੀ ਅਤੇ ਇਹਦੇ ਵਿੱਚ ਅਸੀਂ ਇਹ ਕਸ਼ਮੀਰੀ ਲਾਲ ਮਿਰਚ ਜਿਹੜੀ ਹੈ ਉਹ 1/2 ਚਮਚ ਪਾ ਦਿਓ ਹਾਫ ਚਮਚ ਗਰਮ ਮਸਾਲਾ ਹਾਫ ਚਮਚ ਹੀ ਆਪਣਾ ਧਨੀਆ ਪਾਊਡਰ ਇਹ ਨਮਕ ਜਿਹੜਾ ਅਸੀਂ ਪਹਿਲਾਂ ਸਬਜ਼ੀ ਉਹਦੇ ਵਿੱਚ ਵੀ ਪਾਇਆ ਇਸ ਕਰਕੇ ਜਿਹੜਾ ਆਪਣਾ ਨਮਕ ਹੈ ਉਹ ਆਪਣੇ ਟੇਸਟ ਦੇ ਮੁਤਾਬਕ ਇਹ ਨਾਲੇ ਧਿਆਨ ਨਾਲ ਪਾਉਣਾ ਹਾਫ ਚਮਚ ਪਾਵਾਂਗੇ ਪਿਆਜ਼ ਦੇ ਨਾਲ ਥੋੜ੍ਹਾ ਜਿਹਾ ਭੁੰਨ ਲਵਾਂਗੇ ਹੁਣ ਇਹਦੇ ਵਿੱਚ ਟਮਾਟਰਾਂ ਦਾ ਜਿਹੜਾ ਪੇਸਟ ਹੈ ਉਹ ਪਾ ਲਾਂਗੇ ਬੀਨਸ ਅਤੇ ਜਿਹੜੀ ਗਾਜਰ ਨੇ ਉਹ ਵੀ ਕੁੱਕ ਹੋ ਚੱਲੀ ਹੈ ਇੱਧਰ ਮਸਾਲਾ ਵੀ ਸਾਡਾ ਤਿਆਰ ਹੋ ਰਿਹਾ ਅਤੇ ਇਹਦੇ ਵਿੱਚ ਹੁਣ ਅਸੀਂ ਜਿਹੜਾ ਉਹ ਨਾਰੀਅਲ ਬੁਰਾਦਾ ਸੀਗਾ ਉਹ ਵੀ ਪਾ ਲਾਂਗੇ
सब्जी बहुत वधिया तैयार होई है जिहड़ी देखण च वी बड़ी अच्छी लग रही है। तो तुसीं वी जरूर इस तरह सब्जी बनाओ, अपना बीन्स ते गाजर विद ग्रेवी। हुण असीं गैस बंद कर दांगे ते इहदे उत्ते पावांगे धनिया। अपना चंगी तरह ला के ये साड़ी जड़ी है सब्जी सर्व करने लिए बिल्कुल तैयार हो गई है। तो इनू असी हुण सर्व ही करांगे। ਅਸੀਂ ਸਬਜ਼ੀ ਤਿਆਰ ਕਰਤੀ, ਬੜੀ ਵਧੀਆ ਟੇਸਟੀ। ਅਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਦਬਾਓ। ਅਤੇ ਅਸੀਂ ਅਗਲੀ ਰੈਸਪੀ ਲੈ ਕੇ ਫੇਰ ਆਵਾਂਗੇ।